ਹੁਣ ਜਦੋਂ ਮੈਂ ਆਈ ਹਾਂ ਤੇ ਵੀਰੇ ਨਾਲ ਚਾਣ ਚੱਕ ਕੇ ਫੋਨ ਘਰ ਆ ਗਿਆ ਤੇ ਮੇਰੇ ਤੋਂ ਕਿੰਨਾ ਚਿਰ ਤੇ ਗੱਲ ਹੀ ਨਹੀਂ ਹੋਈ। ਮੈਂ ਰੋਈ ਗਈ ਹਾਂ। ਉਹ ਮੈਨੂੰ ਹੌਸਲਾ ਦਿੰਦੇ ਗਏ ਕਿ ਭੈਣ ਤੁਸੀਂ ਮੈਨੂੰ ਮਿਲ ਗਏ ਜੇ, ਬੜੀ ਵੱਡੀ ਗੱਲ ਹੋ ਗਈ ਆ, ਤੂੰ ਭੈਣ ਅਰਦਾਸ ਕਰਿਆ ਕਰ ਤੇਰਾ ਵੀਰ ਬਾਹਰ ਆਵੇ ਤੇ ਤੂੰ ਵੱਡੇ ਵੀਰ ਤੋਂ ਨਹੀਂ ਘਬਰਾਉਣਾ। ਤੇ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀਰ ਜੀ ਨਹੀਂ ਰਹੇ ਤੇ ਮੈਨੂੰ ਕਹਿੰਦੇ ਤੇਰਾ ਵੱਡਾ ਭਰਾ ਮੈਂ ਖੜਾ ਆ, ਮੈਂ ਹੈਗਾ ਆ ਤੇ ਘਬਰਾਉਣਾ ਨਹੀਂ। ਤੇ ਬਸ ਮੇਰਾ ਤਾਂ ਤੂੰ ਜ਼ਿਆਦਾ ਗੱਲ ਹੋ ਹੀ ਨਹੀਂ ਸਕੀ। ਮੈਂ ਤਾਂ ਇਹੀ ਕਹੀ ਕਿ ਵੀਰੇ ਤੁਸੀਂ ਜ਼ਿੰਦਗੀ ਕੌਮ ਦੇ ਲਿਖੇ ਲਾ ਦਿੱਤੀ ਹੈ ਨਾ, ਤੇ ਬੜਾ ਵਧੀਆ ਰਿਹਾ। ਹੁਣ ਬੇਟੀ ਦੀ ਰਿਸੈਪਸ਼ਨ ਸੀਗੀ, ਛੋਟੀ ਜਿਹੀ ਪਾਰਟੀ ਕੀਤੀ ਉਸ ਦਿਨ, ਜਿੱਦਾਂ ਪਰਮਿਸ਼ਨ ਲੈ ਕੇ ਉਹਨਾਂ ਨੇ ਵੀਡੀਓ ਕਾਲ ਕੀਤੀ ਆ, ਸਾਰਿਆਂ ਨਾਲ ਗੱਲਬਾਤ ਹੋਈ। ਹੁਣ ਕਿੱਥੇ ਤੇ ਮੁੱਛ ਪੁੱਟ ਗੱਭਰੂ ਸੀ ਵੀਰਾ, ਹੁਣ ਥੋੜ੍ਹੇ ਥੋੜ੍ਹੇ ਹਲਕੇ ਹਲਕੇ ਆਏ ਆ, ਗਰੇ ਵਾਲ ਆਏ ਆ, ਦਾੜੀ 'ਚ ਵੇਖ ਕੇ ਥੋੜ੍ਹਾ ਵੱਖਰਾ ਵੀ ਲੱਗਿਆ। ਉਹਨਾਂ ਨੂੰ ਵੀ ਮੈਂ ਮੈਨੂੰ ਕਹਿੰਦੇ ਬਲਾਏ ਵੱਡੀ ਹੋ ਗਈ ਹਾਂ, ਤੂੰ ਬੇਟੀ ਵੀ ਵਿਆਹ ਲਈ ਆ, ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਤੈਨੂੰ ਛੋਟੀ ਜਿਹੀ ਨੂੰ ਅਸੀਂ ਛੇੜਦੇ ਹੁੰਦੇ ਸੀ ਅਤੇ ਹੁਣ ਤੂੰ ਬੱਚੇ ਵੀ ਵਿਆਹ ਲਿਆ। ਅਤੇ ਬਹੁਤ ਹੀ ਇਮੋਸ਼ਨਲ ਮੂਮੈਂਟ ਸੀਗੀ ਅਤੇ ਮੇਰੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਬੇਟੀ ਦੀ ਰਿਸੈਪਸ਼ਨ 'ਤੇ ਉਹਨਾਂ ਨੇ ਪੂਰਾ ਪ੍ਰੋਗਰਾਮ ਅਟੈਂਡ ਕਰਨ ਵਾਲੀ ਗੱਲ ਆ। 30-40 ਮਿੰਟ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ, ਵੀਡੀਓ ਕਾਲ ਕੀਤੀ ਆ, ਅਤੇ ਮਤਲਬ ਵੱਖਰੀ ਫੀਲਿੰਗ ਸੀ। ਮੈਨੂੰ ਐਂ ਲੱਗਦਾ ਸੀ ਕਿ ਕਾਰਜ ਸੰਪੂਰਨ ਹੋਇਆ ਬੱਚੇ ਦਾ, ਹੈ ਨਾ, ਕਿ ਇੰਨੀ ਕੌਮੀ ਯੋਧੇ ਨੇ ਇੰਨਾ ਆਸ਼ੀਰਵਾਦ ਬੱਚਿਆਂ ਨੂੰ ਦਿੱਤਾ, ਪਿਆਰ ਦਿੱਤਾ ਆ, ਸਾਡੇ ਸਾਰੇ ਪਰਿਵਾਰ ਨਾਲ ਗੱਲਬਾਤ ਹੋਈ ਆ, ਇੱਕ ਵੱਖਰਾ ਹੀ ਸਕੂਨ ਸੀਗਾ। ਭੈਣ ਦੀਆਂ ਅਰਦਾਸਾਂ ਰੰਗ ਲਿਆਉਣਗੀਆਂ। ਵੈਸੇ ਥੋੜ੍ਹੇ ਦਿਨਾਂ ਤੱਕ ਕਹਿ ਰਹੇ ਕਿ ਸ਼ਾਇਦ ਚੰਡੀਗੜ੍ਹ ਦੇ ਵਿੱਚ ਸ਼ਿਫਟ ਹੋ ਰਿਹਾ ਜੇਲ੍ਹ ਦੇ ਵਿੱਚ, ਅਤੇ ਜਦੋਂ ਘਰ 'ਚ ਗੱਲਾਂ ਪਤਾ ਹੁੰਦੀਆਂ ਹੋਣਗੀਆਂ, ਤੁਸੀਂ ਤਾਂ ਨਿਊਜ਼ੀਲੈਂਡ ਰਹਿੰਦੇ ਆ, ਉੱਥੇ ਵੀ ਕਦੇ ਇਹੋ ਜਿਹੀ ਗੱਲਬਾਤ ਚੱਲੀ ਆ ਕਿ ਅਸੀਂ ਮਿਲਦੇ ਸੀ ਜਗਤਾਰ ਸਿੰਘ ਵਾਲੇ ਨੂੰ ਸਾਡੇ ਪਰਿਵਾਰ 'ਚ ਆਉਂਦੇ ਸੀ? ਹਾਂਜੀ ਹਾਂਜੀ, ਅਕਸਰ ਅਕਸਰ ਗੱਲਬਾਤ ਹੁੰਦੀ ਆ। ਅਤੇ ਇੱਕ ਦਿਨ ਪਤਾ ਨਹੀਂ ਫੇਸਬੁੱਕ 'ਤੇ ਕੋਈ ਗੱਲ ਹੋਈ ਸੀਗੀ, ਹੁਣ ਮੈਂ ਡੀਐਕਟੀਵੇਟ ਕੀਤੀ ਹੋਈ ਆ, ਅਤੇ ਮੈਂ ਇੱਕ ਕਮੈਂਟ ਕੀਤਾ ਸੀਗਾ ਕਿਸੇ ਬਾਰੇ, ਇੱਦਾਂ ਵੀਰ ਜੀ ਬਾਰੇ ਹੀ, ਮੈਨੂੰ ਯਾਦ ਨਹੀਂ। ਅਤੇ ਇੱਕ ਕੁੜੀ ਨੇ ਪਰਸਨਲ ਮੈਸੇਜ ਮੈਨੂੰ ਕੀਤਾ, ਕਹਿੰਦੇ ਮੈਨੂੰ ਬੜਾ ਚੰਗਾ ਲੱਗਾ ਕਿ ਤੁਸੀਂ ਇੱਦਾਂ ਵੀਰ ਜੀ ਬਾਰੇ ਕਮੈਂਟ ਕੀਤਾ, ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਆ? ਮੈਂ ਕਿਹਾ ਭੈਣੇ ਤੈਨੂੰ ਮੈਂ ਕੀ ਦੱਸਾਂ ਕਿ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਕਿ ਸਾਡਾ ਭਰਾ ਇੰਨੀ ਬੁਲੰਦੀ 'ਤੇ ਇੱਕ ਯੋਧਾ ਅਖਵਾਊਗਾ, ਇੱਕ ਜਥੇਦਾਰ ਕੌਮ ਦਾ ਬਣੂਗਾ। ਅਤੇ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਕਿ ਸਾਡੇ ਤਾਂ ਵੀਰ ਜੀ ਦਾ ਆਉਣ ਜਾਣ ਸੀਗਾ, ਮੇਰਾ ਭਰਾ ਹੀ ਆ ਉਹ ਵੱਡਾ। ਅਤੇ ਬੜੇ ਮਾਣ ਨਾਲ ਮੈਂ ਦੱਸਿਆ, ਬੜਾ ਫਖਰ ਮਹਿਸੂਸ ਹੋਇਆ ਮੈਨੂੰ ਕਿ ਮੈਂ ਆਪਣੇ ਬ੍ਰਦਰ ਬਾਰੇ ਇੱਦਾਂ ਗੱਲ ਕਰ ਰਹੀ ਹਾਂ। ਅਤੇ ਪਰ ਹੁਣ ਜਦੋਂ ਆਈ ਹਾਂ, ਉਹਨਾਂ ਨਾਲ ਪਹਿਲਾਂ ਕਾਲ ਹੋ ਗਈ, ਫੋਨ ਕਾਲ ਹੋ ਗਈ, ਫਿਰ ਵੀਡੀਓ ਕਾਲ ਹੋ ਗਈ, ਅਤੇ ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਕੋਈ ਪਲ ਉਹ ਜਿਹਾ ਯਾਦ ਹੋਵੇ ਉਹ 'ਚ, ਭਾਵੇਂ ਝਿੜਕੀ ਪਈ ਹੋਵੇ ਭਰਾ ਵੱਲੋਂ ਜਾਂ ਪਿਆਰ ਵੱਧ ਦਿੱਤਾ ਹੋਵੇ, ਕੋਈ ਪਲ ਕੋਈ ਯਾਦ ਆ ਤੁਹਾਨੂੰ ਜਗਤਾਰ ਸਿੰਘ ਜਦੋਂ ਕਿਤੇ ਘਰ 'ਚ ਆਏ ਹੋਣ ਜਾਂ ਕਿਤੇ ਮਿਲੇ ਹੋਣ? ਹਾਂਜੀ ਹਾਂਜੀ, ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਆ ਵੀਰੇ, ਜਿੱਦਾਂ ਉਦੋਂ ਕਾਲਜ ਬਾਰੇ ਮੈਨੂੰ ਪੁੱਛਦੇ ਹੁੰਦੇ ਸੀਗੇ, ਅਤੇ ਇੱਕ ਵਾਰੀ ਮੈਨੂੰ ਉਹ ਗੱਲ ਬੜੀ ਕਈ ਵਾਰੀ ਯਾਦ ਆਉਂਦੀ ਆ, ਜਦੋਂ ਮੈਨੂੰ ਕਦੇ ਛੁੱਟੀ ਨਹੀਂ ਸੀ ਦਿੰਦੀ ਵਾਰਡਨ, ਅਤੇ ਮੈਂ ਆ ਕੇ ਗੱਲ ਕਰਦੀ ਸੀ, ਮੈਂ ਕਿਹਾ ਇੱਦਾਂ ਛੁੱਟੀ ਨਹੀਂ ਦਿੰਦੇ, ਅਤੇ ਕਹਿੰਦੇ ਦੱਸ ਭੈਣੇ ਚੱਲੀਏ ਫਿਰ ਲੈ ਜਾਈਏ ਧਾੜ ਤੇਰੇ ਭਰਾਵਾਂ ਦੀ, ਕਰ ਲਈਏ ਗੱਲ ਉਹਦੇ ਨਾਲ। ਮੈਂ ਕਿਹਾ ਚੱਲ ਛੱਡ ਵੀਰੇ, ਚੱਲ ਕੋਈ ਨਾ, ਫਿਰ ਸਹੀ ਅਗਲੀ ਵਾਰ ਸਹੀ ਦੱਸ, ਕਹਿੰਦੇ ਕੀ ਕਰਨਾ ਗੱਲ ਕਰ ਲੈਂਦੇ ਜਾ ਕੇ। ਅਤੇ ਮੈਨੂੰ ਕਈ ਵਾਰੀ ਉਦੋਂ ਮੈਨੂੰ ਯਾਦ ਆਉਂਦਾ ਹੁੰਦਾ ਸੀਗਾ ਕਿ ਵੀਰੇ ਨੇ ਇੱਦਾਂ ਮੈਨੂੰ ਬੜਾ ਹੌਂਸਲਾ ਦਿੱਤਾ ਵੀ ਆਪਾਂ ਗੱਲ ਕਰ ਲੈਂਦੇ ਸਾਰੇ ਜਾਣੇ ਜਾ ਕੇ। ਹੋਰ ਨਿੱਕੀਆਂ ਨਿੱਕੀਆਂ ਗੱਲਾਂ, ਕਈ ਵਾਰੀ ਜਦੋਂ ਪਾਲਮਪੁਰ ਗਏ ਆ, ਵੀਰੇ ਕੋਲ ਫੋਟੋ ਵੀ ਹੈਗੀਆਂ ਇੰਟਰਵਸਟੀ ਖੇਡਣ, ਅਤੇ ਵੀਰੇ ਨੇ ਆ ਕੇ ਦੱਸਿਆ ਜਿੱਦਾਂ ਇਹ ਸਾਰੇ ਦੇਸੀ ਪੇਂਡੂ, ਉੱਥੇ ਜਿੱਦਾਂ ਥੋੜ੍ਹੇ ਜਿਹੇ ਚੰਗੇ ਸਕੂਲਾਂ ਦੇ ਬੱਚੇ ਵੀ ਆਏ ਹੋਣਗੇ, ਪਾਣੀ ਡੁੱਲ ਗਿਆ ਕਿਸੇ ਤੋਂ, ਜਗਤਾਰ ਵੀਰ ਦੇ ਉੱਤੇ ਡੁੱਲ ਗਿਆ ਪਾਣੀ, ਅਤੇ ਉਹਨੇ ਕਿਹਾ ਸੋਰੀ ਵੀਰ, ਸੋਰੀ ਸੋਰੀ ਬ੍ਰਦਰ। ਇਹ ਜਗਤਾਰ ਵੀਰ ਅੱਗੋਂ ਕਹਿੰਦੇ ਥੈਂਕ ਯੂ ਥੈਂਕ ਯੂ। ਚੰਗਾ ਕੀ ਦਾ ਡਬਲ ਦਾ ਦੱਸਿਆ ਨਹੀਂ, ਸੋਰੀ ਦਾ ਸ਼ਾਇਦ ਜਵਾਬ ਦੇਣਾ ਨਹੀਂ ਪਤਾ ਲੱਗਾ ਗਾਲੀ 'ਚ। ਅਸੀਂ ਉਹ ਛੇੜ ਦਿੰਦੇ ਸੀ ਵੀਰ ਜੀ ਨੂੰ, ਤੇ ਵੀਰ ਜੀ ਨੂੰ ਕਹਿਣਾ ਵੀ ਸੋਰੀ ਵੀਰੇ, ਤੇ ਤੁਸੀਂ ਅੱਗੋਂ ਕਹੋ ਥੈਂਕ ਯੂ ਥੈਂਕ ਯੂ। ਮੈਂ ਕਿਹਾ ਸੋਰੀ, ਅੱਗੋਂ ਕਹਿੰਦੇ ਥੈਂਕ ਯੂ, ਸਾਡੇ ਵੱਲ ਵੇਖ ਕੇ ਸੁਣਿਆ ਵੇ ਸਾਡੇ ਗਲਤ ਬੋਲਿਆ, ਮੈਂ ਨਹੀਂ ਠੀਕ ਹੀ ਬੋਲਿਆ। ਉਹ ਗੱਲ ਤੋਂ ਅਸੀਂ ਛੇੜ ਦਿੰਦੇ ਸੀ ਵੀਰ ਜੀ ਨੂੰ ਕਿ ਇੱਦਾਂ ਕਰਕੇ ਨਾ। ਬਹੁਤ ਹੱਸਣਾ ਉਹ ਗੱਲ ਨੂੰ ਚੇਤੇ ਕਰ। ਛੋਕੜ ਵੀ ਤੁਹਾਡਾ ਪਾਕਿਸਤਾਨ ਦੇ ਨਾਲ ਸੰਬੰਧਿਤ ਸੀ ਪਰਿਵਾਰ ਵੀਰ ਦੱਸ ਰਹੇ ਸੀ ਸ਼ਾਇਦ? ਹਾਂਜੀ, ਸਾਡੇ ਡੈਡ, ਸਾਡੇ ਦਾਦਾ ਜੀ ਸਰਦਾਰ ਹਾਕਮ ਸਿੰਘ, ਅਤੇ ਆਪਣੀ ਪੂਰੀ ਫੈਮਿਲੀ ਨਾਲ। ਸਾਡਾ ਪਿੰਡ ਪਿੱਛੇ ਆ ਜੀ ਰਾਜਾ ਜੰਗ, ਪਾਕਿਸਤਾਨ ਰਾਜਾ ਜੰਗ, ਉਹਦੇ ਤੋਂ ਨਿਕਲ ਕੇ ਜਿੱਦਾਂ ਕਹਿ ਲਓ ਨਾ, ਆਪਣੇ ਖੇਤਾਂ 'ਚ ਘਰ ਪਾ ਲੈਂਦੇ ਸੀਗੇ, ਸਾਡੇ ਹਵੇਲੀਆਂ ਪਾ ਲਈਆਂ ਸੀਗੀਆਂ, ਅਤੇ ਉਹ ਡੇਡੇ ਵਾਲਾ ਪਹਿਲਾਂ, ਪਿੱਛੋਂ ਰਾਜਾ ਜੰਗ ਸੀਗੀ, ਅਤੇ ਫਿਰ ਉੱਠ ਕੇ ਉਹ ਡੇਡੇ ਵਾਲਾ ਪਿੰਡ ਅਜੇ ਵੀ ਹੈਗਾ ਪਾਕਿਸਤਾਨ ਦੇ ਵਿੱਚ, ਨੂੰ ਬੋਲਦੇ ਹਨ ਚੱਕ ਡੇਡਾ। ਹਾਂਜੀ, ਅਤੇ ਉੱਥੋਂ ਉੱਠ ਕੇ ਫਿਰ ਇੱਥੋਂ ਵੱਖ ਵੱਖ ਥਾਵਾਂ ਤੋਂ ਜ਼ਮੀਨ ਅਲਾਟ ਹੁੰਦੇ ਹੋਏ, ਇਸ ਵੇਲੇ ਸਾਡਾ ਪਿੰਡ ਆ ਗੁਰੂਸਰ ਜੋਧੇ ਕਾ,
रोड़ी कुटदे आ अरदास बेनती की होगी अरदास बेनती करन तो बाद वीर ने तुहाडे ने इस घर का नींह पत्थर रखिया सी। इस पिंड च किवें सबब बनिया हुण दा? ए जी साडा नानका पिंड आ। साडे माम जिदा साडे नाना जी री चार भरावां दे विचो इक साडे मामी सीगे, मामा जी दी बहुत छोटी एज विच डैथ हो गई सीगी ते साडे माम इस पिंड च ही रहे आ ते डैड दी भी जॉब इत्थे सीगी अमृतसर दे जिले दे विच ही ते जिदा फिर डैड भी इत्थे सैटल हो गए क्योंकि बाकी पर बहुत दूर पैंदी सी उन्हां नूं भी जॉब मामा दी भी ट्रांसफर नहीं हुई फिर असीं इत्थे ही इस पिंड नानका पिंड च ही रहे आ। हाँ जी हाँ जी मामा दी गवर्नमेंट जॉब सीगी ते ए असी फिर साड़े इत्थे ही साड़ी स्टडी भी इन्हां इस पिंड च ही अमृतसर दे विच ही असी स्टडी कीती आ। वीर जी गए आ बरजिंदरा कॉलेज, मान लो कि इन्हां दा मेल होना सी वीर जी नाल है ना ते असी इत्थे पढ़े आ अमृतसर। हाँ जी अज कल ना एक गुरु साहब की कृपा दे नाल वैसे साड़ियां सारियां सिख जथेबंदियां चलियां हैगियां कि बंदी सिंघां दी रिहाई होवे। हाँ जी। वो केवल आपां जे भाई जगतार सिंह हवारे की गल नहीं करांगे, समूह जथेबंदियां गल करदियां जदों भी क्योंकि अरदासां भी कौम कर रही आ। ਭੈਣ ਕਿਵੇਂ ਅਰਦਾਸਾਂ ਕਰਦੀ ਆ ਵੀਰ ਜਗਤਾਰ ਸਿੰਘ ਬਾਰੇ ਬਾਕੀ ਵੀਰਾਂ ਬਾਰੇ? ਆਫ ਕੋਰਸ ਵੀਰੇ, ਇੱਕ ਭੈਣ ਕਿਵੇਂ ਨਹੀਂ ਅਰਦਾਸ ਕਰੂਗੀ ਭਰਾ ਲਈ? ਮੈਂ ਕਈ ਵਾਰੀ ਉੱਦਣ ਦੇ ਵੀਰੇ ਨੇ ਵੀ ਗੱਲ ਕੀਤੀ ਆ, ਹਮੇਸ਼ਾ ਹੀ ਅਰਦਾਸ ਕਰੀਦੀ ਆ। ਮੈਨੂੰ ਤਾਂ ਕਦੀ ਲੱਗਾ ਹੀ ਨਹੀਂ ਸੀਗਾ ਕਿ ਅਸੀਂ ਸਾਡੀ ਕਦੀ ਵੀਰੇ ਨਾਲ ਗੱਲ ਵੀ ਹੋ ਜੂਗੀ, ਗੱਲ ਵੀ ਹੋ ਜੂਗੀ। ਇੰਨੇ ਵਰ੍ਹਿਆਂ ਬਾਅਦ ਗੱਲ ਕਰਕੇ ਜਿਹੜਾ ਸਕੂਨ ਮਿਲਿਆ ਆ, ਜਿਹੜੀ ਖੁਸ਼ੀ ਮਿਲੀ ਆ, ਅਤੇ ਹੁਣ ਤਾਂ ਰੋਜ਼ ਅਰਦਾਸ ਕਰੀਦੀ ਆ। ਥਾਂ ਥਾਂ 'ਤੇ ਜਦੋਂ ਵੀਰੇ ਦੇ ਨਾਂ ਦੇ ਪੋਸਟਰ ਲੱਗੀ ਦੇ ਵੇਖੀ ਦਾ ਤਾਂ ਬੜਾ ਫਕਰ ਹੁੰਦਾ ਕਿ ਸਾਡਾ ਭਰਾ ਵਿੱਚ ਉਹਦਾ ਵੀ ਨਾਂ ਹੈ ਅਤੇ ਉਹਨੂੰ ਯਾਦ ਆ ਕਿ ਉਹਨੂੰ ਉਹ ਵੀ ਮਿਲਣਾ ਚਾਹ ਰਿਹਾ, ਉਹਨੂੰ ਵੀ ਤਾਂਘ ਆ। ਜਿੱਦਣ ਉਹ ਉੱਦਣ ਗੱਲ ਹੋਈ ਆ ਵੀਰੇ ਦੀ, ਤਾਂਘ ਮੈਨੂੰ ਉੱਦਣ ਦੀ ਬੋਲੀ 'ਚੋਂ ਸੁਣੀ ਆ ਕਿ ਮੈਨੂੰ ਮੇਰਾ ਪਰਿਵਾਰ ਮਿਲ ਗਿਆ ਇੰਨੇ ਸਾਲਾਂ ਬਾਅਦ, ਉਸ ਬੜੇ ਮਾਣ ਵਾਲੀ ਗੱਲ। ਪਿਆਰ ਦਿੱਤਾ ਆਪਣਾ ਤਾਂ ਹੈਗੀ ਆ। ਬਿਲਕੁਲ ਬਿਲਕੁਲ, ਉਹਨਾਂ ਦੇ ਵਿੱਚ ਵੀ ਉਹ ਜਾਣੀ ਉਹ ਜੀ ਹਵਾਰੇ ਤੋਂ ਜ਼ਿਆਦਾ ਹੁਣ ਇਸ ਘਰ ਨੂੰ ਪਹਿਲ ਦੇ ਰਹੇ ਆ ਵੀ ਮੈਂ ਖਿੱਚ ਸੀ ਇੰਨਾ ਪਿਆਰ ਸੀ ਤੁਹਾਡਾ। ਹਾਂ ਵੀ ਮੈਂ ਅਕਾਲ ਤਖ਼ਤ ਤੋਂ ਮੱਥਾ ਟੇਕ ਕੇ ਇੱਥੇ ਆਊਂਗਾ, ਵੀ ਇਹ ਨਹੀਂ ਵੀ ਸਿੱਧਾ ਹਵਾਰੇ ਚਲੇ ਜਾਊਂਗਾ।